ਕੀ ਨਾਮ ਆਈ ਤੁਹਾਡਾ? ਮੇਰਾ ਨਾਮ ਹਰਮਨਦੀਪ ਸਿੰਘ ਹੈ ਜੀ। ਹਰਮਨਦੀਪ ਸਿੰਘ ਕਿਹੜੇ ਪਿੰਡ ਤੋਂ ਆਉਂਦੇ ਜੀ? ਜੰਡੀ ਤੋਂ। ਜੰਡੀ ਇਹ ਜਿਹੜੀ ਹੈ ਵਛੇਰੀ ਵਛੇਰਾ ਜੀ? ਇਹ ਵਛੇਰੀ ਹੈ। ਵਛੇਰੀ ਇਹਦਾ ਕੀ ਨਾਂ ਰੱਖਿਆ ਜੇ? ਇਹਦਾ ਨਾਂ ਲਾਲੀ ਹੈ ਜੀ। ਲਾਲੀ ਤੇ ਕਿਹੜੇ ਘੋੜੇ ਦੀ ਹੈ? ਇਹ ਵੀਰੂ ਦੀ ਹੈ ਜੀ। ਵੀਰੂ ਤੁਹਾਡੇ ਕੋਲ ਹੀ ਹੁੰਦਾ ਹੈ? ਨਹੀਂ ਨਹੀਂ ਇਹ ਮਨੂ ਸ਼ਰਮੇ ਕੋਲੇ ਆ। ਮਨੂ ਸ਼ਰਮਾ ਦਾ ਵੀਰੂ? ਓਕੇ। ਮਨੂ ਸ਼ਰਮਾ ਦੇ ਸਟੱਡ ਫਾਰਮ ਤੇ ਹੈਗਾ ਵੀਰੂ, ਉਹਦੀ ਬੇਟੀ ਹੈ। ਕਿੰਨੀ ਉਮਰ ਦੀ ਹੈ ਜੀ? 18 ਮਹੀਨੇ ਦੀ। 18 ਮਹੀਨੇ ਜੀ। ਤੇ ਇਹ ਵਿਕਾਊ ਵਿੱਚ ਹੈ ਜੀ? ਹਾਂਜੀ ਵਿੱਚ। ਅੱਛਾ ਅੱਛਾ। ਕਿੰਨੇ ਕੁ ਮੁੱਲ ਦੀ ਹੋਏਗੀ ਇਸ ਟਾਈਮ? ਇਹ ਹੈਗੀ ਹੈ ਜੀ 2-2.5 ਲੱਖ। 2.5 ਲੱਖ ਰੁਪਏ? ਦੋ ਜਾਂ 2.5 ਲੱਖ ਰੁਪਏ ਜਾਂਦੀ ਹੈ। ਅਤੇ ਤੁਹਾਡਾ ਫੋਨ ਨੰਬਰ ਦੱਸਣਾ ਜਿਹੜਾ? ਮੇਰਾ ਫੋਨ ਨੰਬਰ ਹੈਗਾ 981। ਹਾਂਜੀ। 490078। ਹੋਰ ਕੀ ਹੈਗਾ ਤੁਹਾਡੇ ਕੋਲ ਇੱਥੇ? ਮੇਰੇ ਕੋਲ ਇੱਥੇ ਇੱਕ ਨੁਕਰਾ ਵਛੇਰਾ ਜੀ। ਇੱਕ ਨੁਕਰਾ ਵਛੇਰਾ ਹੋਰ ਹੈ? ਹਾਂਜੀ। ਦੋ ਬੱਚੇ ਘਰੇ? ਦੋ ਬੱਚੇ ਹੋਰ ਵੀ ਘਰ ਵੀ ਹੈਗੇ ਨੇ ਜਿਹੜੇ ਫਾਰ ਸੇਲ 'ਤੇ ਨੇ। ਹਾਂਜੀ। ਅੱਛਾ, ਨੁਕਰਾ ਵਛੇਰਾ ਇੱਥੇ ਹੀ ਹੈ? ਹਾਂਜੀ। ਚਲੋ ਉਹ ਵੀ ਦਿਖਾ ਦਿਓ ਕਿਹੜਾ ਹੈਗਾ ਜੀ। ਇਹ ਕਿੰਨੀ ਉਮਰ ਦਾ ਜੀ? ਇਹ 15 ਮਹੀਨੇ ਦਾ ਹੋਵੇ ਜੀ। 15 ਮਹੀਨੇ ਦਾ? ਹਾਂਜੀ। ਕਿੰਨੀ ਹਾਈਟ ਕੱਟ ਗਿਆ ਹੈ? ਇਹ 9 ਇੰਚ ਦਾ ਹੋਵੇ। 9 59। ਹਾਂਜੀ। ਇਹ ਪਿੱਛੋਂ ਕਿਹੜੀ ਲਾਈਨ ਤੋਂ ਹੈ? ਇਹ ਅਬੋਹਰ ਲਾਈਨ ਤੋਂ ਹੈ। ਅਬੋਹਰ ਲਾਈਨ ਤੋਂ। ਇਹ ਵਛੇਰਾ 15 ਮਹੀਨੇ ਦਾ ਕਿੰਨੀ ਕੀਮਤ ਰੱਖਦਾ ਹੋਏਗਾ? ਇਹ ਰੱਖਦਾ ਜੀ 2.5-3 ਲੱਖ। ਇਹ ਵੀ 2.5-3 ਲੱਖ ਰੁਪਏ ਦਾ ਹੈ। ਇੱਕ ਵਾਰ ਤੁਹਾਡਾ ਫੋਨ ਨੰਬਰ ਹੋਰ ਬੋਲ ਦਿਓ। 981-49-2-0-7-8। ਅਬੋ ਲਾਈਨ ਦਾ ਨੁਕਰਾ ਵਛੇਰਾ 15 ਮਹੀਨੇ ਦਾ। ਇਹਨਾਂ ਦੀ ਕੋਈ ਖਾਸ ਵੈਕਸੀਨੇਸ਼ਨ ਵਗੈਰਾ ਵੀ ਕਰਾਉਣੀ ਪੈਂਦੀ ਹੈ ਜੀ? ਕੀ ਚੱਲਦਾ ਇਹਨਾਂ ਦਾ? ਇਹਨਾਂ ਦੀ ਖਾਸ ਵੈਸੇ ਗਰੈਂਡਰ ਦੀ ਚੱਲੀ ਸੀਗੀ, ਵੈਸੇ ਹੋਈ ਨਹੀਂ ਹੈਗੀ ਉਹ। ਅੱਛਾ। ਟੈਸਟ ਵਗੈਰਾ ਹੋਈ ਸੀ ਵੈਕਸੀਨੇਸ਼ਨ ਤਾਂ ਇਹਨਾਂ ਦੀ ਮੇਰੇ ਹਿਸਾਬ ਨਾਲ। ਅੱਛਾ, ਕੋਈ ਐਸੀ ਵੈਕਸੀਨ ਇਹਨਾਂ ਦੀ ਨਹੀਂ ਹੁੰਦੀ ਜਿਹੜੀ ਜਨਰਲੀ ਇਹ ਵੈਸੇ ਹੀ ਚੱਲਦੇ ਰਹਿੰਦੇ ਨੇ? ਕੋਈ ਖਾਸ ਐਸੀ ਇਹਨਾਂ ਨੂੰ ਬਿਮਾਰੀ ਨਹੀਂ ਲੱਗਦੀ ਕਿ ਬਈ ਇਹ ਵੈਕਸੀਨ ਦੀ ਲੋੜ ਪਵੇ? ਹਾਂਜੀ।